ਯਾਰ ਜਿੰਨੀ ਮਿਹਨਤ ਨਾਲ ਵੀਡੀਓ ਬਣਾਈ ਆਈ ਨਾ ਉਤਨਾ ਸਲਾ ਨਹੀਂ ਮਿਲੇ ਉਸ ਵੀਡੀਓ ਦਾ ਹੱਕ ਬਣਦਾ ਏ ਜਿੰਨੇ ਬੰਦਿਆਂ ਤਾਈ ਪਹੁੰਚੀ ਆਈ ਕਿਉਂਕਿ ਮੈਂ ਬੜੀ ਅੱਛੀ ਗੱਲ ਕੀਤੀ ਆਈ ਔਰ ਉਸ ਨੂੰ ਸ਼ੇਅਰ ਕਰਨਾ ਚਾਹੀਦਾ ਏ ਅੱਗਾ ਕਿਸੇ ਨਾ ਕਿਸੇ ਦੇਰ ਨਾ ਹੁੰਦਾ ਚਲੋ ਬੰਦਾ ਯਾਰ ਬੇਲੀਆਂ ਦੇਰ ਸ਼ੇਅਰ ਕਰ ਦਿੰਦਾ ਯਾਰ ਬੇਲੀ ਅੱਗਾ ਕਰ ਦਿੰਦੇ ਨੇ ਆਪਣੇ ਯਾਰ ਬੇਲੀਆਂ ਦੇਰ ਜਬ ਕਿ ਅਗਰ ਇੰਜ ਹੁੰਦਾ ਤੇ ਹੋ ਸਕਦਾ ਇਹ ਖੋਰ ਜਾਨ ਅਜ ਨਾ ਜਾਂਦੀ ਹਾਂਜੀ ਅਸਲਾਮੁਅਲੈਕਮ ਯਾਰ ਗੱਲ ਇਹ ਹੈ ਕਿ ਪਿਛਲੇ ਦਿਨਾਂ ਵੀ ਇੱਕ ਵੀਡੀਓ ਬਣਾਈ ਆਈ ਕਿ ਬਹਾਵਲਪੁਰ ਦੇ ਜਿਹੜਾ ਵਾਕਿਆ ਪੇਸ਼ ਆਇਆ ਈ ਉਹ ਇੱਕ ਭਾਈ ਵੀ ਨੇ ਇਸੇ ਤਰ੍ਹਾਂ ਵੀਡੀਓ ਬਣਾ ਰਹੀ ਆਈ ਤੇ ਟਾਈਗਰ ਦੇ ਪਿੰਜਰੇ ਦੇ ਨਾਲ ਜਾ ਕੇ ਨਾ ਉਸ ਵੀਡੀਓ ਬਣਾਈ ਆਪੂ ਜਾਨ ਬੜਾ ਕਰੀਬ ਹੋ ਕੇ ਵੀਡੀਓ ਬਣਾ ਰਹੀ ਆਈ ਤੇ ਟਾਈਗਰ ਉਹਨਾਂ ਆਪਣੇ ਪਿੰਜਰੇ ਛੇਕ ਲਈ ਆਈ ਬੜਾ ਅਫਸੋਸ ਦੇ ਵਾਕਿਆ ਆਈ ਬੜਾ ਾਰਮਾਨ ਲੱਗਾ ਉਸਦਾ ਕਿ ਯਾਰ ਜਾਨ ਤੋਂ ਜ਼ਿਆਦਾ ਤਾਂ ਵੀਡੀਓ ਕੋਈ ਨਾ ਯਾਜ਼ੀਜ਼ ਖਿਆਲ ਕਰਨਾ ਚਾਹੀਦਾ ਆਈ ਇਸੇ ਤਰ੍ਹਾਂ ਇੱਕ ਹੋਰ ਭਾਈ ਆਈ ਇਹ ਵੀ ਹਕੀਕਤ ਵਾਕਿਆ ਤੁਹਾਨੂੰ ਸੁਣਾ ਰਿਹਾ ਸਰਗੋਦੇ ਦਾ ਹੁਣ ਉਹ ਵੀਡੀਓ ਬਣਵਾ ਰਹੀ ਆਏ ਉਹਦੇ ਨਾਲ ਨਾਲ ਠੀਕ ਹੈ ਤੂੰ ਬਣਵਾ ਰਹੀ ਹੈ ਸ਼ੇਰ ਢੱਕਿਆ ਪਿਆਈ ਵਿੱਚ ਤੇ ਉਹਦਾ ਪਿੰਜਰਾ ਆ ਬੜਾ ਵੱਡਾ ਔਰ ਉਸ ਦੇ ਖਿੜਕੀ ਵਿੱਚੋਂ ਖੁੱਲੀ ਸਾਰੀ ਆਈ ਇੱਕ ਤਾਂ ਉਹਨਾਂ ਨਾ ਖਿੜਕੀ ਛੋਟੀ ਜਿਹੀ ਹੋਵੇ ਚਲੋ ਜਾਲੀ ਲੱਗੀ ਹੋਈ ਹੁੰਦੀ ਅੱਗੋਂ ਤਾਂ ਕਿ ਖੂਨ ਖਾਰ ਜਾਨਵਰ ਹਮਲਾ ਨਾ ਕਰ ਦੇਵੇ ਨਹੀਂ ਐਸਾ ਕੋਈ ਵਾਕਿਆ ਨਹੀਂ ਉਸ ਨੂੰ ਖਿੜਕੀ ਟਾਈਪ ਲੱਗੀ ਹੋਈ ਆਈ ਔਰ ਉਹਦੇ ਵਿੱਚੋਂ ਤਕਰੀਬਨ 7 7 8 8 ਇੰਚ ਦਾ ਵਾਫਾਈ ਸਰੀਏ ਤਾਂ ਲੱਗੀ ਹੋਇਆ ਹਨ ਲੇਕਿਨ ਖੁੱਲੇ ਖੁੱਲੇ ਲੱਗੇ ਹੋਇਆ ਹਨ ਯਾਨੀ ਕਿ ਬੰਦੇ ਦੀਬਾਂ ਆਰਾਮ ਨਾਲ ਅੰਦਰ ਚਲੀ ਵੀ ਜਾਵੇ ਤੇ ਬਾਹਰ ਆ ਵੀ ਜਾਵੇ ਉਹ ਪਹਿਲੇ ਥੋੜਾ ਦੂਰ ਹੋ ਕੇ ਵੀਡੀਓ ਬਣਵਾਉਂਦਾ ਖਲਾਈ ਮੋਰ ਪਤਾ ਨਹੀਂ ਹੁਣ ਨਾਲ ਆਉਦੀ بیگم ਆਈ ਜਾਂ ਪਤਾ ਨਹੀਂ ਕੋਈ ਭੈਣ ਆਈ ਜਾਂ ਕੋਈ ਬਰਹਾਲ ਹਾਈ ਸਹੀ ਨਾਲ ਔਰਤ ਆਈ ਨਾਲ ਔਰਤ ਦਾ ਚੋਖਾ ਹੁੰਦਾ ਯਾਰ ਥੋੜਾ ਜਿਹਾ ਕੋਈ ਮਸਲਾ ਵੇਖ ਲਵੇ ਯੋ ਜਿਆ ਤੇ ਉਥਾਂ ਹੀ ਹਾਲ ਹਾਲ ਗਾ ਦਿੰਦੀ ਉਹਨੂੰ ਇਹ ਨਹੀਂ ਪਤਾ ਲੱਗਦਾ ਵੇ ਮੈਂ ਕਰਨਾ ਕੀ ਅੱਗਾ ਇਸੇ ਤਰੀਕੇ ਉਹ ਔਰਤ ਆਈ ਉਹਦੇ ਨਾਲ ਤੇ ਵੀਡੀਓ ਬਣਾ ਰਹੀ ਆਈ ਤੇ ਉਸ ਨੂੰ مزید ਅਖਦੀ ਹੈ ਕਿ ਥੋੜਾ ਹੋਰ ਪਾਸ ਹੋ ਜਾਓ ਥੋੜਾ ਹੋਰ ਪਾਸ ਹੋ ਜਾਓ ਉਹ ਥੋੜਾ ਹੋਰ ਪਾ ਸੋਮਣ ਦੇ باوجود ਜਣਾ ਨਾ ਸਈ। ਜਾਂ ਥੋੜਾ ਨੇੜੇ ਗਿਆ ਸ਼ੇਰ ਦੇ ਤੇ ਸ਼ੇਰ ਵਿੱਚੋਂ ਹੱਤਗਾਟ ਤੇ ਆਪਣੀ ਲੱਤ ਦੇ ਜ਼ਰੀਏ ਨਾ ਸ਼ੇਰ ਇਹਨ ਲੱਤ ਘਾਟ ਕੇ ਤਾਂ ਭਾਈ ਨੂੰ ਫਾਲ ਲਿਆ। ਹੁਣ ਔਰਤ ਆਈ ਉਹ ਕੇ ਕਰ ਸਕਦੀ ਆਈ ਉਸ ਉਥੂ ਖਲੋ ਕੇ ਹਾਲ-ਹਾਲ ਕਰ ਦਿੱਤੀ ਐ। ਭਾਈ ਤੂੰ ਕਿਸੇ ਨੂੰ ਛੱਡ ਕੋਈ ਮਦਦ ਆਸਤੇ ਆਵੇ ਨਹੀਂ ਉਸ ਮਦਦ ਆਸਤੇ ਆਉਣ ਦੇ باوجود ਜਣਾ ਨਾ ਉਸ ਕਿਸੇ ਨੂੰ ਛੱਡੇ ਆ ਨਹੀਂ ਛੱਡੇ ਲੇਕਿਨ ਉਸ ਸ਼ੋਰ ਮਚਾ ਦਿੱਤਾ ਉਥਾਂ ਹੀ। ਸ਼ੋਰ ਮਚਾਉਣ ਨਾਲ ਕੇ ਉਹਨਾਂ ਹੀ ਸ਼ੇਰ ਆਪਣੀ ਜਿਹੜਾ ਨਾ ਲੱਤ ਨਾਲ ਉਹਨੂੰ ਸਈ ਫਾਤਦੇ ਤੇ ਚਾਕ ਮਾਰ ਲਿਆ ਕੰਨੀ ਦੇ ਨਾਲ ਇਸ ਜਗ੍ਹਾ ਤੇ ਨਾ ਸ਼ੋਲਡਰ ਦੇ ਨਾਲ ਉਹਨੂੰ ਚਾਕ ਮਾਰ ਲਿਆ ਚੰਗਾ ਜ਼ੋਰ ਦਾ ਔਰ ਜਿੱਥੇ ਉਸ ਚਾਕ ਮਾਰਿਆ ਉਤਨਾ ਮਾਸ ਤੋਂ ਨਾਲ ਲੈ ਗਿਆ ਇਹ ਨਹੀਂ ਪਤਾ ਭਾਈ ਮਰਿਆ ਜਾਂ ਬਚਿਆ ਇਹ ਤਾਂ ਸ਼ੋਹਦੇ ਦੀ ਕਿਸਮਤ ਆਪ ਦੀ ਲੇਕਿਨ ਜਿਹੜਾ ਨਾ ਬੜਾ ਗਲਤ ਹੋਇਆ ਬਾਤ ਵੀ ਹੱਕ ਨਹੀਂ ਬਣਦਾ ਉਸ ਦਾ ਐਡਾ ਕਰੀਬ ਜਾਵਣ ਦਾ ਜੋ ਵਾਗ ਕੀ ਗਿਆ ਇਹ ਤਾਂ ਮੋਰ ਥੋੜਾ ਇਤਿਆਤ ਕਰੇਂਦਾ ਇਹ ਤਾਂ ਨਹੀਂ ਪਤਾ ਨਾ ਭਈ ਆਖਰ ਉਹ ਸ਼ੇਰ ਦੇ ਨਾਲ ਜਾ ਰਿਹਾ ਯਾਰ ਸ਼ੇਰ ਕਿਹੜਾ ਦਾ ਮਾਮੇ ਦਾ ਪੋਤਰਾ ਹੀ ਜਿਹੜਾ ਉਸ ਤੇ ਰਹਿਮ ਕਰਿਆ ਬੜਾ ਗਲਤ ਹੋਇਆ ਔਰ ਬੜਾ ਅਫਸੋਸ ਹੈ ਇਸ ਭਾਈ ਦਾ ਵੀ ਯਾਰ ਵੀਡੀਓ ਇਸ ਵਜ੍ਹਾ ਤੋਂ ਬਣਾ ਰਹੀ ਆ ਕਿ ਮਿਹਰਬਾਨੀ ਕੀਤੀ ਕਰੋ ਚਲੋ ਤੁਸੀਂ ਜਿਹੜਾ ਨਾ ਵੀਡੀਓ ਵੇਖ ਕੇ ਥੋੜਾ ਅੱਗੇ ਸ਼ੇਅਰ ਕਰ ਦਿੱਤੀ ਕਰੋ ਤਾਂ ਕਿ ਜਿਹੜਾ ਇਹ ਹੋ ਜਾਏ ਕੰਮ ਕਰਨ ਵਾਲਿਆਂ ਨੂੰ ਥੋੜਾ ਕੰਨ ਹੋ ਜਾਵੇ ਪਤਾ ਚੱਲ ਜਾਵੇ ਕਿ ਯਾਰ ਚਲੋ ਕਰਨਾ ਤਾਂ ਹੈ ਨਾ ਵੀਡੀਓ ਜਿਸ ਬਣਾਵਣੀ ਆਉਂਦੀ ਉਸ ਬਣਾਵਣੀ ਹੈ ਇਹ ਨਹੀਂ ਵੀ ਉਸ ਸਾਡੀ ਵੀਡੀਓ ਵੇਖ ਕੇ ਤੇ ਵੀਡੀਓ ਬਣਾਉਣਾ ਛੱਡ ਦੇ ਸੀ ਵੀਡੀਓ ਉਸ ਮੋੜੀ ਬਣਾਵਣੀ ਹੈ ਲੇਕਿਨ ਥੋੜਾ ਤੇ ਹੱਥ ਤਾਂ ਕਰ ਲਵੇ ਯਾਰ ਹੁਣ ਆਪ ਜਾਣ ਤੋਂ ਜਾਂਦੇ ਨੇ ਵੀਡੀਓ ਕਿਹੜੇ ਕਾਮ ਦੀ ਬਣਦੀ ਹੈ ਵੀਡੀਓ ਤਾਂ ਬਣ ਜਾਂਦੀ ਹੈ ਲੇਕਿਨ ਜਿਵੇਂ ਮੈਂ ਪਿਛਲੀ ਅਰੇ 10 ਸਾਲ ਭਾਈ ਵੀਡੀਓ ਮੋੜ ਉਸੇ ਦੀ ਬਣਦੀ ਹੈ ਜਿਹੜਾ ਦੂਰੋਂ ਖਲੋਕੇ ਉਸ ਭਾਈ ਦੀ ਬਣਾਈਂਦਾ ਜਿਹੜੇ ਤੇ ਹਮਲਾ ਹੋ ਜਾਂਦਾ ਨਾ ਉਸ ਭਾਈ ਦੀ ਜਿਹੜੀ ਵੀਡੀਓ ਮੋੜ ਬਣਾ ਰਹੇ ਹੁੰਦੇ ਨੇ ਵੀਡੀਓ ਉਹ ਦੀ ਵਾਇਰਲ ਜਾਂਦੀ ਹੈ ਫਾਇਦਾ ਉਹਨੂੰ ਹੁੰਦਾ ਹੈ ਜਬ ਕਿ ਉਸ ਨੂੰ ਫਾਇਦਾ ਨਹੀਂ ਹੁੰਦਾ ਜਿਹੜਾ ਪਹਿਲੇ ਬਣਾ ਰਹੀ ਹੁੰਦਾ। ਲਿਆਜ਼ਾ ਯਾਰ ਮਿਹਰਬਾਨੀ ਕੀਤੀ ਕਰੋ। ਖਿਆਲ ਕੀਤਾ ਕਰੋ ਆਪਣਾ ਵੀ ਤੇ ਆਪਣੀ ਜਾਨ ਦਾ ਵੀ।